ਕਿ ਜਿਹੜਾ ਸੰਭਵ ਜੈਨ ਇੱਕ ਬਿਜ਼ਨਸਮੈਨ ਸੀਗਾ ਕੁਝ ਦਿਨ ਪਹਿਲਾਂ ਲੁਧਿਆਣੇ ਮੇ ਉਹਨੂੰ ਕਿਡਨੈਪ ਕੀਤਾ ਗਿਆ ਸੀਗਾ ਐਂਡ ਇਹ ਗੈਂਗਸਟਰ ਸੀਗੇ ਸੱਤ ਅੱਠ ਬੰਦੇ ਸੀਗੇ ਉਸ ਟਾਈਮ ਤੋਂ ਕਿਡਨੈਪ ਕਰਕੇ ਉਹਦੇ 'ਚ ਗੋਲੀ ਮਾਰ ਕੇ ਉਹਨੂੰ ਸੁੱਟ ਕੇ ਚਲੇ ਗਏ ਸੀਗੇ ਉੱਥੇ ਫਿਰੌਤੀ ਮੰਗੀ ਗਈ ਸੀ ਕਾਫੀ ਸੈਂਸੇਸ਼ਨਲ ਕੇਸ ਸੀਗਾ ਅਸੀਂ ਇਹਦੇ 'ਚ ਪਹਿਲਾਂ ਹੀ 5 ਬੰਦੇ ਅਰੈਸਟ ਕਰ ਚੁੱਕੇ ਹਾਂ ਉਹ ਸਾਡੇ ਪੁਲਿਸ ਰਿਮਾਂਡ 'ਤੇ 2 ਬੰਦੇ ਇਹਦੇ 'ਚ ਰਹਿੰਦੇ ਸੀਗੇ ਜਿਹੜਾ ਸ਼ੁਭਮ ਐਲੀਅਸ ਗੋਪੀ ਸੰਜੂ ਬਾਮਨ ਇਹ ਪਹਿਲਾਂ ਵੀ ਮਤਲਬ ਇਹਨੂੰ ਅੱਜ ਇਸ ਇਹਨੂੰ ਸਾਡੀ ਕ੍ਰਾਈਮ ਦੀ ਟੀਮ ਸੀਗੀ ਇੰਸਪੈਕਟਰ ਕੁਲਵੰਤ ਸਿੰਘ ਉਹਨੂੰ ਚੇਂਜ ਕਰਦੇ ਹੋਏ ਆਪਸ ਮੇਂ ਇਹਨਾਂ ਦੀ ਕਰੋਸ਼ ਫਾਇਰਿੰਗ ਹੋਈ ਹੈ ਡੂਰਿੰਗ ਦਾ ਕਰੋਸ਼ ਫਾਇਰਿੰਗ ਸਾਡੇ ਪੁਲਿਸ ਮੁਲਾਜ਼ਮ ਇੱਕ ਉਹਨਾਂ ਦੇ ਗੋਲੀ ਲੱਗੀ ਹੈਗੀ ਉਹ ਡੀ ਐਮ ਸੀ 'ਚ ਐਡਮਿਟ ਹੈਗਾ ਐਂਡ ਇਹ ਇਹਨਾਂ ਦੇ ਮਤਲਬ ਗੋਲੀ ਲੱਗੀ ਹੈ ਬਾਅਦ 'ਚ ਇਹਨਾਂ ਦੀ ਡੈਥ ਹੋ ਗਈ ਸਰ ਇਹਨਾਂ ਨੂੰ ਵੈਪਨਸ ਕਿਸ ਤਰੀਕੇ ਦੇ ਮਿਲੇ ਨੇ ਇਹਨਾਂ ਦੇ ਕੋਲ ਪਿਸਟਲ ਆਟੋਮੈਟਿਕ ਪਿਸਟਲ ਹੈਗੇ ਹੈ ਜੀ ਉਹ ਫੋਰੈਂਸਿਕ ਦੀ ਟੀਮ ਜਾਂਚ ਕਰ ਰਹੀ ਹੈ ਆਈ ਹੋਈ ਹੈ ਅਤੇ ਉਸ ਤੋਂ ਬਾਅਦ ਹੀ ਕਿਸ ਚੀਜ਼ 'ਤੇ ਆਏ ਸੀ ਕਿਸ ਚੀਜ਼ 'ਤੇ ਐਕਟੀਵਾ 'ਤੇ ਸੀਗੇ ਜੀ ਐਕਟੀਵਾ 'ਤੇ ਸੀਗੇ ਤਰਫ ਜਾ ਰਹੇ ਸੀ ਸਰ ਇਹ ਮਤਲਬ ਇੱਧਰ ਹੀ ਏਸੀ ਏਰੀਆ ਮੇਂ ਮੂਵ ਕਰ ਰਹੇ ਸੀਗੇ ਐਂਡ ਕਾਫੀ ਇਹਨਾਂ ਦੀ ਲੋਕੇਸ਼ਨਾਂ ਚੇਂਜ ਹੋਈ ਹੈ ਕਾਫੀ ਟਾਈਮ ਤੋਂ ਲੱਗੇ ਹੋਏ ਸੀਗੇ ਅਸੀਂ ਕਾਫੀ ਆਊਟ ਆਫ ਸਟੇਟ ਵੀ ਅਸੀਂ ਟੀਮਾਂ ਭੇਜੀ ਹੋਈ ਸੀਗੀ ਸਰ ਇਹਨਾਂ ਨਾਮ ਪਤਾ ਲੱਗ ਗਿਆ ਇੱਕ ਸ਼ੁਭਮ ਐਲੀਅਸ ਗੋਪੀ ਹੈ ਐਂਡ ਇੱਕ ਸੰਜੂ ਬਾਮਨ ਹੈਗਾ ਐਂਡ ਇਹ ਗੈਂਗਸਟਰਾਂ ਦਾ ਕਾਫੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈਗਾ 394 399 ਦੀ ਪਹਿਲਾਂ ਵੀ FIR ਹੈਗੀ NDPS ਦੀ ਵੀ FIR ਹੈਗੀ ਸਰ ਇਹਨਾਂ ਦੇ ਡੈਡ ਬੋਡੀਆਂ ਇੱਥੇ ਲੈ ਗਏ ਨੇ ਕਿ ਲੈ ਕੇ ਨਹੀਂ ਉਹ ਫੋਰੈਂਸਿਕ ਦੀ ਟੀਮ ਆਈ ਹੈ ਉਹ ਕੁਝ ਫਾਰਮੈਲਿਟੀਜ਼ ਆ ਉਹ ਕਰ ਰਹੇ ਹਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਾਂਜੀ ਹਾਂਜੀ ਉਹ DMC ਐਡਮਿਟ ਹੈਗਾ ਜੀ ਅਸੀਂ ਉਹਨੂੰ ਅਜੇ ਜਾ ਕੇ ਅਸੀਂ ਚੈੱਕ ਕਰਾਂਗੇ ਸੰਜੂ ਬਾਮਨ ਤੋਂ ਪਹਿਲੇ ਵੀ ਮਰਡਰ ਦਾ ਕੇਸ ਹੈਗਾ ਪਹਿਲਾਂ ਵੀ 394 99 ਦੀ ਰੋਬਰੀ ਦੀ ਡਕੈਤੀ ਦੀ FIR ਹੈਗੀ ਸੀ ਮਰਡਰ ਦੇ ਮਾਮਲੇ ਦੇ ਵਿੱਚ ਵੀ ਅਕਿਊਜ਼ਡ ਹੈ ਜੀ ਜਿਹੜਾ ਭਾਵੇਂ ਮੈਂ ਉਹ ਅਸੀਂ ਰਿਕਾਰਡ ਅਜੇ ਚੈੱਕ ਕਰ ਲਾਂਗੇ ਜੀ ਪੂਰਾ ਰਿਕਾਰਡ ਨਹੀਂ ਹੈ ਬਟ ਜੋ ਫੌਰੀ ਤੌਰ 'ਤੇ ਸਾਨੂੰ ਪਤਾ ਲੱਗਿਆ ਹੈਗਾ ਉਹ 3 ਮਤਲਬ ਲੂਟ ਐਂਡ ਡਕੈਤੀ ਦੀ FIR ਹੈਗੀ ਹੈ ਸਰ ਕਿੰਨੀ ਟੀਮਾਂ ਸੀਗੀਆਂ ਜਿਹੜੀਆਂ ਇਹਨਾਂ ਦਾ ਪਿੱਛਾ ਕਰਦੀਆਂ ਟੀਮਾਂ ਸਾਡੀ ਕ੍ਰਾਈਮ ਦੀ ਟੀਮਾਂ ਥਾਣੇ ਦੀ ਟੀਮਾਂ ਸਾਰੀ ਲੱਗੀ ਪਈ ਸੀਗੀ ਐਂਡ ਅਸੀਂ ਕਾਫੀ ਸਟੇਟਾਂ 'ਚ ਇਹਨੂੰ ਮਤਲਬ ਪਿੱਛੇ ਇਹਨਾਂ ਦੀ ਗੱਡੀ ਦੀ ਲੋਕੇਸ਼ਨ ਵੀ ਆਈ ਸੀਗੀ ਤੁਹਾਨੂੰ ਪਤਾ ਹੋਣਾ ਉੱਥੇ ਵੀ ਅਸੀਂ ਜਾ ਕੇ ਆਏ ਹਾਂ ਕੁਝ ਬੰਦੇ ਅਸੀਂ ਮਤਲਬ ਉਸ ਸਾਈਡ ਤੋਂ ਵੀ ਅਸੀਂ ਮਤਲਬ ਟਰੇਸ ਆਊਟ ਕੀਤੇ ਸੀਗੇ ਐਂਡ ਲੇਟਰ ਔਨ ਫਿਰ ਜਦੋਂ 5 ਬੰਦੇ ਸੀ ਫੜੇ ਬਾਕੀ ਫਿਰ ਇਨ 2 ਬੰਦਿਆਂ ਦਾ ਵੀ ਪਤਾ ਲੱਗਿਆ ਰੀਸੈਂਟਲੀ ਉਹਨਾਂ ਕੋਈ ਕਿਹੜਾ ਇੰਸੀਡੈਂਟ ਜਾਂ ਕੋਈ ਕ੍ਰਾਈਮ ਕੀਤਾ ਸੀਗਾ ਇਹ ਜਿਹੜਾ ਸੰਭਵ ਜੈਨ ਇੱਕ ਬੜਾ ਸੈਂਸੇਸ਼ਨਲ ਕੇਸ ਸੀਗਾ ਲੁਧਿਆਣੇ ਦਾ ਇਹ ਇੱਕ ਬਿਜ਼ਨਸਮੈਨ ਸੀਗਾ ਇਹਨੂੰ ਰਾਤ ਨੂੰ ਕਿਡਨੈਪ ਕਰਕੇ ਉਸ ਤੋਂ ਫਿਰੌਤੀ ਮੰਗੀ ਗਈ ਸੀਗੀ ਬਾਅਦ 'ਚ ਉਹਨੂੰ ਇੰਜਰਡ ਉਹਦੇ ਗੋਲੀ ਮਾਰ ਕੇ ਉਹਨੂੰ ਸੁੱਟ ਕੇ ਚਲੇ ਗਏ ਸੀਗੇ ਐਂਡ ਬਹੁਤ ਹੀ ਬਾਲ ਬਚੇ ਸੀਗੇ ਜੀ ਸਰ ਫਾਇਰਿੰਗ ਉਹਨਾਂ ਵੱਲੋਂ ਵੀ ਪ੍ਰਾਪਤ ਕੀਤਾ ਜਾ ਰਿਹਾ ਕਿ ਹਾਂ ਜੀ ਕਰੋਸ ਫਾਇਰਿੰਗ ਹੋਈ ਹੈ ਕਾਫੀ ਫਾਇਰ ਹੋਏ ਆ ਜੀ ਐਗਜੈਕਟ ਮਤਲਬ ਨਹੀਂ ਕਹਿ ਸਕਦੇ ਬਟ ਜੋ ਅੰਦਾਜ਼ਨ ਜੋ ਮੌਕੇ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਤਕਰੀਬਨ 15-20 ਰਾਊਂਡ ਫਾਇਰ ਹੋਏ ਸਰ ਸੰਜੂ